ਅੱਛਾ, ਅੱਜ ਤੁਸੀਂ ਸਾਨੂੰ ਇੰਤਕਾਲ ਦੀ ਕਿਹੜੀ ਕਿਸਮ ਬਾਰੇ ਦੱਸੋਗੇ? ਅੱਜ ਮੈਂ ਤੁਹਾਨੂੰ ਇੰਤਕਾਲ ਤੋਂ ਪਹਿਲਾਂ ਰਜਿਸਟਰੀ ਬਾਰੇ ਦੱਸਣਾ ਚਾਹੁੰਦਾ ਹਾਂ, ਕਿਉਂਕਿ ਬਹੁਤ ਸਾਰੀਆਂ ਇੰਤਕਾਲ ਦੀਆਂ ਕਿਸਮਾਂ ਜਿਹੜੀਆਂ ਨੇ ਰਜਿਸਟਰੀ ਨਾਲ ਜੁੜੀਆਂ ਹੋਈਆਂ ਨੇ। ਤੇ ਰਜਿਸਟਰੀ ਕੀ ਹੁੰਦੀ ਹੈ ਤੇ ਕਿੱਦਾਂ ਹੁੰਦੀ ਹੈ? ਰਜਿਸਟਰੀ ਦੀਆਂ ਬਹੁਤ ਸਾਰੀਆਂ ਕਿਸਮਾਂ ਹੁੰਦੀਆਂ ਨੇ, ਜਿਵੇਂ ਬੈ ਦਾ, ਹਿੱਬੇ ਦਾ, ਰਹਿਣ ਦਾ, ਪਟੇ ਦਾ। ਜਿਹੜਾ ਵੀ ਆਪਾਂ ਡਾਕੂਮੈਂਟ ਰਜਿਸਟਰ ਕਰਵਾਉਣਾ ਹੁੰਦਾ ਉਹਦੇ ਅਕੋਰਡਿੰਗ ਸਾਡਾ ਅਸਤਾਮ ਲੱਗਦਾ, ਲੈਣ ਵਾਲੀ ਇੱਕ ਪਾਰਟੀ ਜਾਂ ਇੱਕ ਤੋਂ ਵੱਧ ਹੋਣ, ਜਾਂ ਖਰੀਦਦਾਰ ਵੀ ਇੱਕ ਜਾਂ ਇੱਕ ਤੋਂ ਵੱਧ ਹੋਣ, ਉਹਨਾਂ ਦੇ ਆਧਾਰ ਕਾਰਡ, ਪੈਨ ਕਾਰਡ ਲੱਗਦੇ ਨੇ, ਅਤੇ ਨਾਲ ਉਸ ਜਗ੍ਹਾ ਦੇ ਨੰਬਰਦਾਰ ਦਾ ਆਈ ਡੀ ਕਾਰਡ, ਅਤੇ ਉਹ ਜੋ ਕਿ ਉਹਨਾਂ ਦੀ ਸ਼ਨਾਖਤ ਕਰਦਾ ਆ, ਅਤੇ ਨਾਲ ਇੱਕ ਸਾਦੇ ਬੰਦੇ ਦੀ ਗਵਾਹੀ ਪੈਂਦੀ ਹੈ। ਅਤੇ ਡੀਡ ਰਾਈਟਰ ਕੋਲ ਸਾਰੇ ਡਾਕੂਮੈਂਟ ਲੈ ਕੇ ਆਪਾਂ ਜਾਈਦਾ ਆ, ਅਤੇ ਡੀਡ ਰਾਈਟਰ ਸਾਡੀ ਡੀਡ ਲਿਖਦਾ ਹੈ ਜੋ ਵੀ ਆਪਾਂ ਕਰਨਾ ਹੋਵੇ। ਉੱਥੇ ਬਾਅਦ ਚੋਂ ਸਾਡੇ ਸਾਈਨ ਹੋ ਕੇ ਫਿਰ ਉਹ ਡਾਕੂਮੈਂਟ ਸਾਰੇ ਤਹਿਸੀਲਦਾਰ ਸਾਹਿਬ ਕੋਲ ਜਾਂਦੇ ਨੇ, ਤਹਿਸੀਲਦਾਰ ਸਾਹਿਬ ਉਹਨੂੰ ਵੈਰੀਫਾਈ ਕਰਕੇ, ਅਤੇ ਸਾਰਿਆਂ ਦੀ ਉਹਨਾਂ ਦੇ ਨਾਲ ਫੋਟੋ ਹੁੰਦੀ ਹੈ, ਫੋਟੋ ਹੋ ਕੇ ਫਿਰ ਤਹਿਸੀਲਦਾਰ ਸਾਹਿਬ ਦੇ ਸਾਈਨ ਹੋ ਕੇ ਸਾਡਾ ਡਾਕੂਮੈਂਟ ਜਿਹੜਾ ਰਜਿਸਟਰ ਹੋ ਜਾਂਦਾ ਹੈ, ਜਿਹਨੂੰ ਅਸੀਂ ਰਜਿਸਟਰੀ ਕਹਿੰਦੇ ਹਾਂ। ਧੰਨਵਾਦ।